हाँ जी दोस्तों, की हाल चाल, सत श्री अकाल। मैं तुहाडा सुख, तुसी देख रहे हो बोलसो गेम दा यूट्यूब चैनल। तुहाडा सारिआं दा वेलकम है। ब्रांड न्यू वीडियो फार्मिंग सिमुलेटर 19 अज असीं खेड रहे हैं। FS 19 कहिंदे ने जिहनूं गेम दा नाम, ते मैप दा नाम हैगा लैराइजल डेल नॉट मैप, जिहनूं आपां कद्दू मैप भी कहिंदे आ। ते अज दी वीडियो विच तुसीं देख सकदे हो साडे सामने 575 DI है, जो कि पंकज गेमिंग बाई ने बनाया है। ਤੁਸੀਂ ਉਹਨਾਂ ਦੇ ਚੈਨਲ 'ਤੇ ਰਿਵਿਊ ਦੇਖਿਆ ਹੋਊਗਾ, ਅੱਜ ਅਸੀਂ ਇਸ ਦਾ ਰਿਵਿਊ ਕਰਾਂਗੇ। ਥੋੜ੍ਹੇ ਲੇਟ ਹੋ ਗਏ, ਚਲੋ ਕੋਈ ਚੱਕਰ ਨਹੀਂ। ਅਤੇ ਆਪਾਂ ਆਏ ਹਾਂ ਮੰਡੀ 'ਤੇ, ਮੈਂ ਕਿਹਾ ਚਲੋ ਅੱਜ ਜਾਂਦੇ ਜਾਂਦੇ ਮੰਡੀ ਗੱਲ ਕਰ ਹੀ ਲੈਂਦੇ ਹਾਂ ਕੀ ਅਸੀਂ ਜਿਹਦੇ 'ਚ ਕਰਨਾ ਵਾ। ਅਤੇ ਪਿੱਛੇ ਜਿਹੜੇ ਟਾਇਰ ਦੇਖ ਰਹੇ ਹੋ, ਟਾਇਰ ਨਵੇਂ ਬਾਏ ਕੀਤੇ ਆ, ਅਤੇ ਆਪਣੇ ਵੱਡੇ ਟਰੈਕਟਰ ਇੱਕ ਬਿਗ ਬਰਡ ਲਈ ਪਿਛਲੇ ਟਾਇਰ ਆ, ਅਤੇ ਉਸ ਤੋਂ ਅੱਗੇ ਇੱਕ JCB ਦਾ ਟਾਇਰ ਆ ਜਿਹਦੇ ਨਾਲ ਅਸੀਂ ਸਟੀਲ ਸੂਟ ਪਾਉਂਦੇ ਹਾਂ। ਅਤੇ ਇੱਕ ਮਿੰਟ FPS ਮੀਟਰ ਬੰਦ ਕਰ ਲਈਏ। ਅਤੇ ਹਾਂਜੀ, ਅਤੇ ਦੂਜੇ ਚਾਰ ਟਾਇਰ ਉਹਦੇ, ਉਹਨਾਂ ਦੇ ਟਾਇਰ ਘੱਸ ਗਏ ਸੀ, ਅਤੇ ਮੈਂ ਕਿਹਾ ਚਲੋ ਮਾਰਕੀਟ ਤੋਂ ਨਵੇਂ ਲਿਆਉਂਦੇ ਹਾਂ। ਅਤੇ ਬਾਕੀ ਟਰੈਕਟਰ ਸਾਰੇ ਬਿਜ਼ੀ ਸੀਗੇ, ਅਤੇ 575 ਫ੍ਰੀ ਸੀਗਾ, ਅਤੇ ਮੈਂ ਕਿਹਾ ਨਾਲ ਨਾਲ ਇਹਦਾ ਰਿਵਿਊ ਵੀ ਹੋ ਜੂਗਾ, ਅਤੇ ਨਾਲ ਨਾਲ ਟਰੈਕਟਰ ਦੇ ਆਪਣੇ ਟਾਇਰ ਵੀ ਆ ਜੂਗੇ। ਅਤੇ ਇਸੀ ਗੇ ਅਸੀਂ ਵੀਡੀਓ ਵਿੱਚ ਅਸੀਂ 575 ਦੀ ਟੈਸਟਿੰਗ ਕਰਾਂਗੇ। ਅਤੇ ਲਾਈਕ ਗੇਮ ਦੀ ਗੱਲ ਕਰ ਲਈਏ, ਤਾਂ ਇਸ ਲਾਈਕ ਗੇਮ 70 ਲਾਈਕਸ ਦਾ ਵਾ, ਕਿਉਂਕਿ 700 ਸਬਸਕ੍ਰਾਈਬਰ ਪਲੱਸ ਆ, ਅਤੇ 10% ਬੰਦੇ ਲਾਈਕ ਕਰ ਸਕਦੇ ਆ ਵੀਡੀਓ ਨੂੰ। ਜੇ ਨਹੀਂ ਕਰਦੇ ਬਾਈ, ਬਹੁਤ ਮਾੜੀ ਗੱਲ ਆ। ਸੋ ਲਾਈਕ ਗੇਮ ਕੰਪਲੀਟ ਕਰ ਦਿਓ, ਅਤੇ ਵੀਡੀਓ ਕਰਦੇ ਹਾਂ ਆਪਾਂ ਸਟਾਰਟ। ਬਾਕੀ ਜਿਹੜੇ ਚੈਨਲ 'ਤੇ ਨਵੇਂ ਨੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵਾ ਕਿ ਜਿਹੜੀ ਥੱਲੇ ਤੁਸੀਂ ਮੇਰੇ ਚੈਨਲ ਨੂੰ ਜਾ ਕੇ ਚੈੱਕਆਊਟ ਕਰੋ, ਅਤੇ ਜਿਹੜੇ ਵੀ ਟਰੈਕਟਰਸ ਉੱਥੇ ਫਾਰਮਿੰਗ ਸਿਮੁਲੇਟਰ GTA 5 ਵਿੱਚ ਜਿਹੜੇ ਵੀ ਮੋਡ ਮੈਂ ਬਣਾਏ ਨੇ, ਜਾਂ ਮੈਨੂੰ ਫਰੈਂਡਸ ਕਿਸੇ ਨੇ ਬਣਾ ਕੇ ਦਿੱਤੇ, ਅਤੇ ਉਹ ਸਾਰੇ ਮੈਂ ਬਿਲਕੁਲ ਫ੍ਰੀ ਆਪਣੇ ਡਿਸਕਾਊਂਟ ਸਰਵਰ 'ਤੇ ਦਿੱਤੇ ਹੋਏ ਨੇ ਲਿੰਕ, ਅਤੇ ਜਾ ਕੇ ਜ਼ਰੂਰ ਉਸ ਸਰਵਰ ਨੂੰ ਜੁਆਇਨ ਕਰ ਲਓ। ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਕਿਉਂਕਿ ਅੱਗੇ ਬਿਲਕੁਲ ਬਹੁਤ ਘੈਂਟ ਘੈਂਟ ਮੋਡਸ ਆਉਣੇ ਵਾਲੇ ਆ। ਸਪੈਸ਼ਲ 750 ਸਬਸਕ੍ਰਾਈਬਰ ਵਾਲਾ ਮੋਡ, ਜੋ ਕਿ TSB ਟਰੋਲੀ ਇਸ ਵੀਡੀਓ 'ਚ ਵੀ ਦਿਖਾਵਾਂਗੇ, ਉਹ ਵੀ ਆਪਾਂ ਬਿਲਕੁਲ ਦੇ ਦਿੱਤੀ ਆ ਫ੍ਰੀ। ਅਤੇ ਹੁਣ ਅਸੀਂ ਆਪਾਂ ਆਪਣੇ ਮਹਿੰਦਰਾ 575 DI ਪੰਕਜ ਬਾਈ ਨੇ 4x4 ਬਣਾਇਆ, ਅਤੇ ਇਸ ਨੂੰ ਥੋੜ੍ਹਾ ਜਿਹਾ ਕਸਟਮਾਈਜ਼ ਕਰਕੇ ਵੀ ਮੈਂ ਅੱਗੇ ਇੱਕ ਹੋਰ ਵੀਡੀਓ ਲੈ ਕੇ ਆਊਂਗਾ। ਫਿਲਹਾਲ ਇਸ ਮੋਡ ਦਾ ਰਿਵਿਊ ਕਰ ਲਈਏ, ਅਤੇ ਉਹ ਬਹੁਤ ਜਲਦੀ ਮੋਡ ਆਊਗਾ ਉਹਦੇ ਵਿੱਚ। ਆਈ ਥਿੰਕ ਮਤਲਬ ਕਿ ਮੋਰੇ ਛੋਟੇ ਟਾਇਰ ਹੋਊਗੇ, ਅਤੇ ਕਿਉਂਕਿ ਰੀਅਲ ਵਿੱਚ ਵੀ ਇਹ ਛੋਟੇ ਹੁੰਦੇ, 4x4 ਹੀ ਟਰੈਕਟਰ ਮੇ ਵੀ ਨਹੀਂ ਆਉਂਦਾ ਵਾ। ਅਤੇ ਯਾਰ ਸੀਟਰ ਦਾ ਕੰਮ ਬੁਰਾ ਹੀ ਲੱਗਦਾ ਹੈ, ਸੀਟਰ ਨਾ ਹੁੱਕ 'ਤੇ ਕਾਫੀ ਵੇਟ ਪਾਉਂਦਾ। ਮੈਂ ਹੁੱਕ ਉੱਪਰ ਵੀ ਲਗਾਈ ਸੀ, ਬਟ ਉੱਤੇ ਲੱਗਾ ਨਹੀਂ। ਚਲੋ ਕੋਈ ਨਾ, ਅਸੀਂ ਇਹਦੇ ਮੋਰੇ ਵੇਟ ਪਾਉਂਦੇ ਹਾਂ, ਅਤੇ ਖੇਤ ਵਿੱਚ ਲੈ ਕੇ ਜਾ ਕੇ ਟੈਸਟਿੰਗ ਕਰਦੇ ਹਾਂ। ਅਤੇ ਲੋ ਬਾਈ ਲੋਕ, ਆਪਣੀ ਹੋ ਚੁੱਕੀ ਹੈ ਖੇਤ ਵਿੱਚ ਰੈਡੀ, ਅਤੇ ਆਪਣਾ ਸੀਟ 'ਤੇ ਆ ਖੇਤ ਵਿੱਚ ਅਸੀਂ ਕਰਾਂਗੇ। ਅਤੇ B ਪ੍ਰੈਸ ਕਰਕੇ ਅਸੀਂ ਸੀਟ ਮਸ਼ੀਨ ਕਰ ਦਈਏ ਔਨ, ਅਤੇ ਕਰੀਏ ਸਟਾਰਟ ਰੇਸ ਦੇ ਤੀ ਫੁੱਲ। ਅਤੇ ਵਧੀਆ ਯਾਰ, 15 ਮੀਟਰ ਨਾਲ ਬਹੁਤ ਵਧੀਆ। ਬਟ ਵੇਟ ਵੇਟ, ਇਹ ਕੀ ਹੋ ਰਿਹਾ, ਜਗ੍ਹਾ ਛੱਡ ਰਿਹਾ, ਗੈਪ ਛੱਡ ਰਿਹਾ ਨਾ। ਦੇਖੀਏ ਕੋਈ ਸੈਟਿੰਗ ਤਾਂ ਨਹੀਂ ਬੰਦ ਹੈਗੀ ਆਪਣੀ, ਨਹੀਂ ਯਾਰ ਸਾਰੇ ਬਟਨ ਹੋਣ ਨਾ। ਚਲੋ ਦੇਖਦੇ ਇੱਕ ਵਾਰੀ ਫਿਰ, ਚੱਲਿਆ ਚੱਲਿਆ ਨਹੀਂ ਬਾਈ ਛੱਡ ਰਿਹਾ ਇਹ ਕੀ, ਮੈਨੂੰ ਲੱਗਦਾ ਇਹ ਮੇਰੇ ਨਾਲ ਬਥੇਰੀਆ ਵੀ ਹੋ ਰਿਹਾ ਯਾਰ, ਕਿਸੇ ਨੂੰ ਪੁੱਛਣਾ ਪੈਣਾ। ਜੇ ਬਾਕੀ ਤੁਹਾਨੂੰ ਕਿਸੇ ਨੂੰ ਇਸ ਚੀਜ਼ ਬਾਰੇ ਪਤਾ, ਤਾਂ ਬਾਈ ਕਮੈਂਟ ਕਰਕੇ ਦੱਸ ਦਿਓ ਕਿਵੇਂ ਸੈੱਟ ਹੋਊ। ਅਸੀਂ ਹੈਲਪਰ ਲਗਾ ਕੇ ਇਹਦੀ ਟੈਸਟਿੰਗ ਕਰ ਲੈਂਦੇ ਹਾਂ, ਅਤੇ ਉਦੋਂ ਤੱਕ ਆਪਣਾ ਹੁਣ ਟਾਈਮ ਤਾਂ ਹੈ ਨਹੀਂ, ਕਿ ਮੈਂ ਦੇਖਾਂ ਹੁਣ ਵੀਡੀਓ ਸਟਾਰਟ ਹੋ ਚੁੱਕੀ ਆ, ਅਤੇ ਆਪਾਂ ਹੈਲਪਰ ਲੱਗ ਜੂ ਇੱਥੇ ਫੀਲਡ 'ਤੇ ਕਿ ਨਹੀਂ। ਫੀਲਡ ਤਾਂ ਨਹੀਂ ਬਾਈ, ਕੋਈ ਚੱਕਰ ਹੈਗਾ, ਨਵੀਂ ਬਾਈਕ ਕੀਤੀ ਹੈ, ਇਹਦਾ ਤਾਂ ਨਹੀਂ ਕੋਈ ਚੱਕਰ। ਐਚ ਪ੍ਰੈਸ ਕਰਕੇ ਦੇਖ ਲਈ ਇੱਕ ਵਾਰੀ, ਨਹੀਂ ਹੋ ਨਹੀਂ ਰਿਹਾ। ਚਲੋ ਕੋਈ ਨਾ, ਅਸੀਂ ਹੈਲਪਰ ਲਗਾ ਦਿੰਦੇ ਹਾਂ, ਹੈਲਪਰ ਨੇ ਨਾਲ ਵੀ ਟੈਸਟਿੰਗ ਸੇਮ ਹੀ ਹੋ ਜਾਂਦੀ ਆ, ਹੈ ਨਾ। ਅਤੇ ਕਰਤਾ ਆਪਾਂ ਹੈਲਪਰ ਦਾ ਕੰਮ ਸਟਾਰਟ, ਅਤੇ ਜਾ ਰਿਹਾ ਬਾਈ 18 ਦੀ ਸਪੀਡ, ਠੀਕ ਹੈ ਮਿੱਤਰੋ, 18 ਦੀ ਸਪੀਡ ਆ। ਮੇ ਬੀ ਵੱਡਾ, ਜੇ ਤਾਂ ਤੋਂ 15 ਮੀਟਰ ਤੋਂ ਵੱਡਾ, ਮੇ ਬੀ 18 ਜਾਂ 20 ਮੀਟਰ ਵਾਲਾ ਹੁੰਦਾ, ਉਹਦੇ ਨਾਲ ਕਰਨ ਦਾ ਫਾਇਦਾ ਨਹੀਂ, ਉਹਦੇ ਪਿੱਛੇ ਸੀਡਰ ਲਾਉਣਾ ਪੈਣਾ ਵਗੈਰਾ ਵਗੈਰਾ, ਡੱਬਾ ਜਿਹਾ ਲਾਉਣਾ ਪੈਂਦਾ। ਅਤੇ ਛੱਡੋ ਕੋਈ ਨਾ, ਅਤੇ ਆਪਣਾ ਬਹੁਤ ਵਧੀਆ ਕੰਮ ਕਰ ਰਿਹਾ, ਬਹੁਤ ਵਧੀਆ ਰੇਸ ਵਗੈਰਾ ਵੀ ਠੀਕ ਆ, 4x4 ਕਰਕੇ ਬਹੁਤ ਵਧੀਆ ਜ਼ੋਰ ਲਾ ਰਿਹਾ। ਅਤੇ ਆਪਾਂ ਜਲਦੀ ਜਲਦੀ ਖੇਤ ਕਰ ਲਈਏ ਕੰਪਲੀਟ, ਫਿਰ ਇਸ ਤੋਂ ਬਾਅਦ ਆਪਾਂ ਕਰਦੇ ਇਹਦਾ ਦੂਸਰਾ ਟੈਸਟ। ਅਤੇ ਲੋ ਮੁੰਡੇ, ਆਪਣਾ ਖੇਤ ਹੋ ਗਿਆ ਕੰਪਲੀਟ, ਅਤੇ ਐਕਸ ਤੋਂ ਅਸੀਂ ਕਰਕੇ ਕਰ ਲਈਏ ਇਹਨੂੰ ਫੋਲਡ, ਅਤੇ ਕੱਦੂ ਵਾਲੇ ਖੇਤ ਵਿੱਚੋਂ ਲੈ ਕੇ ਜਾਈਏ, ਅਤੇ ਕਿਤੇ ਫਸ ਨਾ ਜਾਵੇ, ਪਾਣੀ ਵਿੱਚ ਧਸ ਨਾ ਜਾਵੇ। ਚਲੋ ਚੱਲਦੇ ਹਾਂ ਆਪਾਂ, ਕੱਢਦੇ ਹਾਂ ਇੱਥੋਂ। ਅਤੇ ਹੁਣ ਜੇ ਇਹਦਾ ਕਰਾਂਗੇ ਇੱਕ, ਬਾਈ ਨੇ ਮੈਨੂੰ ਨਾ ਰੂਟਾਵੇਟਰ ਤਾਂ ਨਹੀਂ ਲੱਗਦਾ, ਮੈਨੂੰ ਉਹਨੂੰ ਪਾਵਰ ਹੈਰੋ ਹੈਰੋ ਉਹਦੇ ਵਿੱਚ ਆਇਆ, ਮੈਂ ਜਦੋਂ ਡਾਊਨਲੋਡ ਕੀਤਾ, ਅਤੇ ਪਾਵਰ ਹੈਰੋ ਡਾਊਨਲੋਡ ਕਰਕੇ ਮੈਂ ਇੱਥੇ ਹੀ ਬਾਏ ਕਰਦਾ ਤੁਹਾਡੇ ਸਾਹਮਣੇ। ਅਤੇ ਉਹਨੇ ਕਿਹਾ ਸੀ ਬਾਈ ਨੇ ਕਿ ਕੱਦੂ ਵਾਲੇ ਪਾਣੀ ਵਾਲੇ ਖੇਤ ਵਿੱਚ ਚਲਾਈਓ, ਅਤੇ ਉਹਦੇ ਵਿੱਚ ਕਾਫੀ ਜ਼ੋਰ ਲਾ ਜਾਂਦਾ ਟਰੈਕਟਰ ਦਾ, ਅਤੇ ਵਧੀਆ ਪਤਾ ਲੱਗਦੀ ਆ ਪਾਵਰ ਵਗੈਰਾ ਜੋ ਵੀ। ਉਹ ਆਹ ਕੀ ਹੋ ਗਿਆ, ਇਹ ਕੀ ਚੱਕਰ ਪੈ ਗਿਆ, ਵੇਟ ਕਰਕੇ ਹੋ ਗਿਆ ਮੈਨੂੰ ਲੱਗਦਾ। ਚਲੋ ਵੇਟ ਕਰੋ, ਮੈਂ ਇੱਥੇ ਲੈਣਾ, ਅਤੇ ਫਿਰ ਆਪਾਂ ਉਤਾਰਦੇ ਹਾਂ। ਇੱਥੇ ਪਾਵਰ ਹੈਰੋ ਕਿੱਥੇ ਗਿਆ, ਇਹ ਰਿਹਾ। ਹਾਂਜੀ ਆ ਪਾਵਰ ਹੈਰੋ, ਦੇਖੇ ਆਹ ਵਾਲੀ ਚੀਜ਼ ਹੈ, ਅਤੇ ਗ੍ਰੀਨ ਕਲਰ 'ਚ, ਗ੍ਰੀਨ ਕਲਰ ਰਹਿੰਦੇ ਇਹਦਾ, ਮਿੱਟੀ ਮੁੱਟੀ ਲੱਗਦੀ ਤਾਂ ਵਧੀਆ ਲੱਗਦਾ ਮੈਨੂੰ ਗ੍ਰੀਨ ਕਲਰ, ਵੈਸੇ ਰੈੱਡ ਤਾਂ ਮੈਚ ਹੀ ਹੋਏ ਨਾ ਸੇਮ। ਅਤੇ ਕਰ ਲਿਆ ਅਸੀਂ ਬਾਏ, ਅਤੇ ਆ ਰਿਹਾ ਅਤੇ ਟਰੈਕਟਰ ਦਾ ਕਿਵੇਂ,
ਕੀ ਹੋ ਚੁੱਕਾ ਹੈ ਹਾਲ ਮੋਰੇ 2800 ਵੇਟ ਕਰਕੇ ਪਿੱਛੋਂ ਟਰੈਕਟਰ ਚੱਕ ਹੋ ਗਿਆ ਕਿ ਮੋਰੇ ਕਾਫੀ ਵੇਟ ਸੀਗਾ ਇਸ ਕਰਕੇ ਵੇਟ ਉਤਾਰਨਾ ਪੈ ਗਿਆ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਹੁਣ ਪਾਵਰ ਹੈਰੋ ਨੂੰ ਅਟੈਚ ਕਰਕੇ ਕੱਦੂ ਵਾਲਾ ਆਪਣਾ ਪਾਣੀ ਲੱਗਾ ਹੀ ਹੋਇਆ ਵਾ ਪਹਿਲਾਂ ਮੈਂ ਪਾਣੀ ਲਾ ਗਿਆ ਸੀ ਕਿ ਤਾਂ ਉੱਥੇ ਖੇਤ ਭਰ ਜੂਗਾ ਅਤੇ ਖੇਤ ਗਿਆ ਭਰ ਹੁਣ ਆਪਾਂ ਕਰਾਂਗੇ ਇਹਦੇ ਵਿੱਚ ਆਹ ਪਾਵਰ ਹੈਰੋ ਦੀ ਟੈਸਟਿੰਗ ਅਤੇ ਇੱਕ ਵਾਰੀ ਇਹਦੇ ਕੰਟਰੋਲ ਦੇਖ ਲਈਏ ਜੋ ਵੀ ਕੀ ਕੰਟਰੋਲ ਨੇ ਕਿਉਂਕਿ ਜੋ ਵੀ ਚੀਜ਼ ਨਵੀਂ ਹੁੰਦੀ ਉਹਦੇ ਕੰਟਰੋਲ ਦੇਖਣੇ ਜ਼ਰੂਰੀ ਹੁੰਦੇ ਨੇ ਉਸ ਤੋਂ ਬਿਨਾਂ ਵਰਕਿੰਗ ਉਹਦੀ ਬਿਲਕੁਲ ਪਰਫੈਕਟ ਹੋਵੇ ਨਾ ਹੋਵੇ ਕੁਝ ਨਹੀਂ ਪਤਾ ਅਤੇ ਬੀ ਤੋਂ ਮੋਟਰ ਸਟਾਰਟ ਹੁੰਦੀ ਆ ਮਾਊਸ ਤੋਂ ਉੱਪਰ ਨੀਚੇ ਹੁੰਦਾ ਚਲੋ ਦੇਖਦੇ ਹਾਂ ਖੇਤ ਵਿੱਚ ਜਾ ਕੇ ਟਰਾਈ ਕਰਦੇ ਹਾਂ ਮੈਨੂੰ ਤਾਂ ਲੱਗਦਾ ਕਿ ਜ਼ੋਰ ਪਤਾ ਲੱਗ ਹੀ ਜਾਣਾ 4x4 ਆ ਮੇ ਬੀ ਚੱਲ ਪਊਗਾ 2x4 ਦਾ ਔਖਾ ਹੁੰਦਾ ਵਾ ਜੇ ਬੈਕਗਰਾਉਂਡ 'ਚ ਨੋਇਸ ਆ ਰਹੀ ਹੈ ਤਾਂ ਸੋਰੀ ਤਿਆਰ ਹੈ ਆਪਣਾ ਪਾਣੀ ਵਾਲਾ ਖੇਤ ਕਰਤਾ ਥੱਲੇ ਅਤੇ ਬੀ ਤੋਂ ਕਰਤੀ ਸੀ ਮੋਟਰ ਸਟਾਰਟ ਅਤੇ ਘੁੰਮਣ ਲੱਗ ਗਿਆ ਆਵਾਜ਼ ਵੀ ਆਉਣ ਲੱਗ ਗਈ ਇਹਦੀ ਅਤੇ ਕਰੀਏ ਸਟਾਰਟ ਲੈ ਬਾਈ ਇਹ ਤਾਂ ਕੋਈ ਜ਼ੋਰ ਹੀ ਨਹੀਂ ਲੱਗ ਰਿਹਾ ਲੱਗਾ ਵੀ ਇਹ ਕੋਈ ਫਰਕ ਵੀ ਨਹੀਂ ਦਿਖ ਰਿਹਾ ਯਾਰ ਨੀਚੇ ਇਹ 7 ਦੀ ਸਪੀਡ ਨਾਲ ਜਾ ਤਾਂ ਰਿਹਾ ਬਟ ਕੁਝ ਫਰਕ ਲੱਗਦਾ ਥੋੜ੍ਹੀ ਥੋੜ੍ਹੀ ਮਿੱਟੀ ਦਾ ਫਰਕ ਲੱਗਦਾ ਜ਼ਿਆਦਾ ਨਹੀਂ ਲੱਗਦਾ ਨਾ ਯਾਰ ਥੋੜ੍ਹੇ ਫਰਕ ਲੱਗਦਾ ਵਾ ਮਤਲਬ ਕਿ ਡਾਰਕ ਜਿਹੀ ਹੋ ਗਈ ਆ ਮਿੱਟੀ ਅਤੇ ਮੋਟਰ ਵਗੈਰਾ ਤਾਂ ਸਾਰੀ ਵਰਕ ਕਰ ਰਹੀ ਅੱਛਾ ਉੱਪਰ ਨੀਚੇ ਹੁੰਦਾ ਵਾ ਇਹ ਚਲੋ ਥੱਲੇ ਰੱਖਦੇ ਹਾਂ ਆਪਾਂ ਅਤੇ ਹੈਲਪਰ ਲਗਾਇਆ ਮੈਂ ਵੈਸੇ ਅਤੇ ਆਪ ਲਾਓ ਤਾਂ ਆਪ ਕੁਝ ਨਹੀਂ ਹੁੰਦਾ ਯਾਰ ਕੁਝ ਸਹੀ ਨਹੀਂ ਹੈ ਲੱਗ ਰਿਹਾ ਯਾਰ ਮੈਨੂੰ ਲੱਗਦਾ ਹੋਰ ਕਿਸੇ ਚੀਜ਼ ਲਈ ਆ ਬਾਈ ਨੇ ਭੇਜ ਤਾਂ ਦਿੱਤਾ ਪਿੱਛੋਂ ਹਾਂ ਡਾਰਕ ਜਿਹੀ ਤਾਂ ਹੋ ਰਹੀ ਜਿੱਥੋਂ ਜਿੱਥੋਂ ਕਰ ਰਿਹਾ ਬਟ ਕੁਝ ਇੱਦਾਂ ਐਜ਼ ਅ ਮੇਨ ਚੀਜ਼ ਕਹਿ ਲਓ ਨਾ ਉਹ ਨਹੀਂ ਪਤਾ ਲੱਗ ਰਹੀ ਚਲੋ ਛੱਡੋ ਯਾਰ ਫਿਰ ਤਾਂ ਕੀ ਇੱਦਾਂ ਘੁੰਮਾਉਣ ਦਾ ਅਸੀਂ ਇੱਥੋਂ ਲੈ ਕੇ ਚੱਲ ਜਾਂਦੇ ਆਪਣੇ ਉੱਧਰ ਨੂੰ ਅਤੇ ਇਸ ਤੋਂ ਬਾਅਦ ਫਿਰ ਆਪਾਂ TSB ਟਰਾਲੀ ਨਾਲ ਕਰਦੇ ਦੀ ਟੈਸਟਿੰਗ ਅਤੇ ਫਿਰ ਕਰਾਂਗੇ ਅਸੀਂ 5 ਲੱਖ ਵਾਲੀ ਟਰਾਲੀ ਵਿੱਚ ਪਾਵਾਂਗੇ ਵੀਟ ਅਤੇ ਹਾਈਐਸਟ ਦੇਖਦੇ ਕਿੰਨਾ ਖਿੱਚ ਸਕਦਾ ਤੁਹਾਡੇ ਹਿਸਾਬ ਨਾਲ ਤੁਸੀਂ ਵੀਡੀਓ ਜਿਹਨਾਂ ਨੇ ਦੇਖੀ ਹੋਈ ਆ ਪੰਕਜ ਬਾਈ ਦੀ ਉਸ ਹਿਸਾਬ ਨਾਲ ਦੱਸੋ ਯਾਰ ਕਿੰਨੀ ਖਿੱਚ ਲੂਗਾ ਕੀ ਐਸਟੀਮੇਟਡ ਲੱਗਦਾ ਅਤੇ ਬਾਕੀ ਮੋਡ ਚਾਹੀਦਾ ਅਤੇ ਬਾਈ ਦੇ ਚੈਨਲ ਜਾ ਕੇ ਸਬਸਕ੍ਰਾਈਬ ਕਰ ਲਓ ਉਹਨਾਂ ਚੈਨਲ ਦੇ ਮੋਡ ਤੁਹਾਨੂੰ ਮਿਲ ਜੂਗਾ ਆਪਣੇ ਚੈਨਲ 'ਤੇ ਵੀ ਬਹੁਤ ਜਲਦ 2-3 ਨਵੇਂ ਮੋਡ ਆ ਰਹੇ ਆ ਅਤੇ ਟਰਾਲੀ ਵਾਲੀ ਤਾਂ ਵੀ ਤੁਸੀਂ ਜਿਹਨਾਂ ਨੇ ਦੇਖਿਆ ਹੋਊਗਾ ਕਿ ਟਰਾਲੀ ਦਾ ਸ਼ੋਟ ਪਾਇਆ ਸੀ ਉਹਦਾ ਕੋਈ ਚੱਕਰ ਪੈ ਗਿਆ ਅਤੇ ਉਹ ਟਰਾਲੀ ਜਲਦੀ ਤੁਹਾਨੂੰ ਨਵੀਂ ਮਿਲਣ ਨੂੰ ਦੇਖੂਗੀ ਅਤੇ ਬਹੁਤ ਜਲਦੀ ਘੈਂਟ ਮੋਡ ਆਉਣ ਵਾਲੇ ਆ ਹੋਰ ਸੋ ਸਬਸਕ੍ਰਾਈਬ ਕਰ ਲਓ ਜਾ ਕੇ ਜਲਦੀ ਜਲਦੀ ਅਤੇ ਇੰਸਟਾਗ੍ਰਾਮ 'ਤੇ ਡਿਸਕਾਰਡ 'ਤੇ ਜਿਹਨਾਂ ਨੇ ਮੈਨੂੰ ਫੋਲੋ ਜਾਂ ਜੁਆਇਨ ਨਹੀਂ ਕੀਤਾ ਲਿੰਕ ਤੁਹਾਡੇ ਡਿਸਕ੍ਰਿਪਸ਼ਨ ਵਿੱਚ ਆ ਅਤੇ ਜਾਓ ਜਾ ਕੇ ਜ਼ਰੂਰ ਫੋਲੋ ਅਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੀ ਮੇਰੇ ਚੈਨਲ ਦਾ ਲਿੰਕ ਵੀ ਹੈ ਅਤੇ ਇੱਕ ਹੋਰ ਚੈਨਲ ਦਾ ਲਿੰਕ ਹੋਣਾ ਜਾ ਕੇ ਵੀ ਜ਼ਰੂਰ ਚੈੱਕਆਊਟ ਕਰ ਲਿਓ ਤਿਆਰ ਹੈ ਆਪਣੀ TSB ਟਰਾਲੀ ਮੈਨੂੰ ਲੱਗਦਾ ਜਦੋਂ ਮੈਂ ਭਰੂੰਗਾ ਮੋਰੇ ਪੱਕਾ ਚੱਕ ਹੋਊਗਾ ਕਿਉਂਕਿ ਮੋਰੇ ਵੇਟ ਬਹੁਤ ਘੱਟ ਆ ਅਤੇ ਆਪਾਂ F11 ਚੱਕ ਕਰਕੇ ਅਤੇ ਦੇਖਿਆ ਮੈਂ ਕਿਹਾ ਸੀ ਨਾ ਇਸੇ ਕਰਕੇ ਨਾ ਇਹ ਤੁਰਨਾ ਨਹੀਂ ਹੁਣ ਜੇ ਤੁਰੂਗਾ ਤਾਂ ਇਹਦਾ ਹੈਂਡਲ ਨਹੀਂ ਕੰਟਰੋਲ ਹੋਣਾ ਹੈ ਨਾ ਦੇਖ ਲੈਫਟ ਰਾਈਟ ਆਪ ਹੀ ਜਾਊਗਾ ਫਿਲਹਾਲ ਤਾਂ ਮੋੜੀ ਨਹੀਂ ਮੁੜ ਗਿਆ ਦੇਖਿਆ ਹੋ ਗਿਆ ਕੰਮ ਖਰਾਬ ਚਲੋ ਇੱਦਾਂ ਕਰਦੇ ਹਾਂ ਸੋਰੀ ਮਿੱਤਰੋ ਮੌਸਮ ਖਰਾਬ ਸਿਹਤ ਬਦਲਦੀ ਰਹਿੰਦੀ ਆ ਅਤੇ ਆਪਾਂ ਇੱਦਾਂ ਕਰਦੇ ਹਾਂ ਮੋਰੇ ਜਿਹੜਾ 4800 kg ਵਾਲਾ ਵੇਟ ਸੀਗਾ ਜਿਹੜਾ ਆਪਾਂ ਪਹਿਲਾਂ ਪਾਇਆ ਸੀ ਸੀਟਰ ਵੇਲੇ ਉਹ ਪਾ ਕੇ ਚੱਕ ਕੇ ਦੇਖਦੇ ਹਾਂ ਅਤੇ ਦੇਖਦੇ ਹਾਂ ਫਿਰ ਤਾਂ ਮੈਨੂੰ ਲੱਗਦਾ ਵੇਟ ਵਾਲੀ ਚੱਕ ਹੋਊਗੀ ਫਿਰ ਜ਼ੋਰ ਪੂਰਾ ਪਤਾ ਲੱਗੂਗਾ ਕਿ ਕਿਵੇਂ ਦਾ ਕੀ ਹਿਸਾਬ ਆ ਹੈ ਨਾ ਅਤੇ ਆ ਰਹੇ ਟਾਇਰ ਵੀ ਆਪਾਂ ਆਪਣੇ ਚੇਂਜ ਕਰਾ ਰਹੇ ਹਾਂ ਯਾਰ ਨੈਕਸਟ ਵੀਡੀਓ 'ਚ ਤਾਂ ਉਹਦਾ ਖਾਵਾਂਗੇ ਟਾਇਰ ਕਿੱਦਾਂ ਚੇਂਜ ਹੁੰਦੇ ਨੇ ਅਤੇ ਬਣੇ ਰਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਯਾਰ ਮੈਂ ਸੋਚ ਰਿਹਾ ਸੋਮਵਾਰ ਤੋਂ ਬਿਲਕੁਲ ਰੈਗੂਲਰ ਹੋ ਜਾਈਏ ਪਿਛਲੇ ਹਫ਼ਤੇ 'ਚ ਮੈਂ 2 ਹੀ ਵੀਡੀਓ ਪਾਈਆਂ ਸਿਰਫ ਅਤੇ ਹੁਣ ਮੈਂ ਕੋਸ਼ਿਸ਼ ਕਰੂੰਗਾ ਬਿਲਕੁਲ ਰੈਗੂਲਰ ਰਹਿਣ ਨੂੰ ਸੋ ਜਲਦੀ ਜਲਦੀ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਆਪਣੇ 1K ਹੋਣ ਵਾਲੇ ਆ ਬਹੁਤ ਬਹੁਤ ਸ਼ੁਕਰੀਆ 750 ਸਬਸਕ੍ਰਾਈਬਰ ਲਈ ਅਤੇ ਆਹ ਚੱਕੋ ਬੱਜਾ ਇਹ ਕਿੱਥੇ ਬਣਿਆ ਆ ਅਤੇ ਹੁੱਕ ਨਾਲ ਹੁੱਕ ਗਿਆ ਤਾਂ ਵੇਟ ਨਾਲ ਕਾਫੀ ਫਰਕ ਪਿਆ ਯਾਰ ਅਤੇ ਚਾਰੋਂ ਟਰੈਕਟਰਾਂ ਜ਼ੋਰ ਪਤਾ ਲੱਗਾ ਚਾਰੋਂ ਟਾਇਰਾਂ ਦਾ ਜ਼ੋਰ ਪਤਾ ਲੱਗਾ ਕਿ ਉਹ ਵਾਲੇ ਟਾਇਰ ਯਾਰ ਇਹਨੂੰ ਪਾ ਦਈਏ ਤਾਂ ਕਿਵੇਂ ਲੱਗੂ ਆਸਾ ਇਹਨਾਂ ਚਲੋ ਛੱਡੋ ਅਸੀਂ 5 ਲੱਖ ਵਾਲੀ ਹੁਣ ਕਪੈਸਿਟੀ ਫੁੱਲ ਕਰਕੇ ਆਈ ਮੀਨ ਜਿੱਥੇ ਤੱਕ ਟਰੈਕਟਰ ਮੂਵ ਕਰਦਾ ਹੋਊਗਾ ਉਦੋਂ ਤੱਕ ਆਪਾਂ ਕਰਾਂਗੇ ਅਤੇ ਦੇਖਦੇ ਹਾਂ ਕੀ ਬਣਦਾ ਮਿੱਤਰੋ ਅਤੇ ਕਰਦੇ ਆਪਾਂ ਸਪੀਡ ਸਟਾਰਟ ਅਤੇ ਵੇਟ ਕਰਦੇ ਹਾਂ ਜਦ ਤੱਕ ਫੁੱਲ ਹੁੰਦਾ ਹਾਈਐਸਟ ਜਦੋਂ ਤੱਕ ਜਿੰਨਾ ਮਤਲਬ ਕਿ ਖਿੱਚ ਸਕਦਾ ਟਰੈਕਟਰ ਉਨਾ ਹੀ ਕਰਾਂਗੇ ਵਾਧੂ ਪਾਉਣ ਦੀ ਲੋੜ ਹੀ ਨਹੀਂ ਸਾਨੂੰ ਹੈ ਨਾ ਅਤੇ ਲੋ ਮੁੰਡੇ 3,25,37 ਹੋ ਚੁੱਕੇ ਨੇ ਕਣਕ ਦਾ ਵੇਟ ਅਤੇ ਆਪਾਂ ਕਰ ਲਿਆ ਟਰੈਕਟਰ ਸਟਾਰਟ ਅਤੇ ਟਰੈਕਟਰ ਹੋ ਰਿਹਾ ਚੱਕ ਵੇਟ ਦੇ ਸਮੇਤ ਵੀ 2800 kg ਤੋਂ ਉੱਤੇ ਮੇਰੇ ਤੋਂ ਵੇਟ ਹੈ ਨਹੀਂ ਜੋ ਪਾ ਕੇ ਕਰ ਸਕਦਾ ਸੀ ਤਾਂ ਥੋੜ੍ਹਾ ਮੈਨੂੰ ਲੱਗਦਾ 3.5 ਤੱਕ ਆਰਾਮ ਨਾਲ ਟਰੈਕਟਰ ਨੇ ਖਿੱਚ ਲੈਣਾ ਸੀਗਾ ਅਤੇ ਉਨਾ ਹੀ ਵਧੀਆ ਹੋਣਾ ਸੀਗਾ ਅਤੇ ਹੁਣ ਫਿਲਹਾਲ ਚੱਕ ਕੇ ਹੈਂਡਲ ਨਹੀਂ ਇਹਦਾ ਟਰਨ ਕਰਦਾ ਹੈਗਾ ਕਿਉਂਕਿ ਟਾਇਰ ਬਹੁਤ ਜ਼ਿਆਦਾ ਥੱਲੇ ਲੱਗ ਗਿਆ ਮੈਨੂੰ ਲੱਗਦਾ ਰਿਮ ਥੱਲੇ ਰੱਖ ਰਿਹਾ ਇਸੇ ਕਰਕੇ ਜ਼ੋਰ ਜ਼ਿਆਦਾ ਨਹੀਂ ਮਾਰ ਰਿਹਾ ਅਤੇ ਟਾਇਰ ਫਟਣ ਦੇ ਚਾਂਸ ਜ਼ਿਆਦਾ ਹੈ ਸੋ ਅਸੀਂ ਇੰਝ ਕਰਦੇ ਹਾਂ ਕਿ ਟਰਾਲੀ ਦੀ ਆਈ ਸੀ 3,25,000 ਟੈਸਟਿੰਗ ਇੰਨਾ ਹੀ ਖਿੱਚ ਸਕਦਾ ਅਤੇ ਉਹ ਦੇਖਿਆ ਪਿੱਛੇ ਨੂੰ ਤਾਂ ਬਿਲਕੁਲ ਨਹੀਂ ਜਾਂਦਾ ਅੱਗੇ ਨੂੰ ਤਾਂ ਜਿਹੜਾ ਮਾੜਾ ਮੋਟਾ ਬਾਈ ਤੁਰਦਾ ਸੀਗਾ ਉਹ ਵੀ ਬੰਦ ਉਹੀ ਆ ਬਾਈ 3,25,000 ਤੋਂ 3,00,000 ਤੱਕ ਆਰਾਮ ਨਾਲ ਖੜਾ ਕੇ ਖਿੱਚ ਸਕਦਾ ਵਾ ਬਾਕੀ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ
ਅਤੇ ਇੱਕ ਵਾਰੀ ਆਪਾਂ ਇਹਦੇ ਵਿੱਚ ਹੋਰ ਵੀ ਭਰ ਲਈਏ ਕੁਝ ਕਿ ਨਹੀਂ ਖਾਲੀ ਕਰਕੇ। ਅਤੇ ਅੱਜ ਦੀ ਵੀਡੀਓ ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਵੇ ਮੇਕ ਸ਼ੋਰ ਕਰਿਓ ਕਿ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ, ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਮੌਡਸ ਲਈ ਡਿਸਕਾਰਡ ਜੁਆਇਨ ਸਰਵਰ ਕਰ ਲਿਓ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵੀਡੀਓ। ਟਾਟਾ ਬਾਏ ਬਾਏ।